ਇਨ੍ਹਾਂ ਤੋਂ ਬਾਅਦ ਪੰਜਾਬ ਵਿਚ ਟਿੱਡੀ ਦਲ ਦੀ ਐਂਟਰੀ। ਕਿਸਾਨਾਂ ਦੇ ਸੁਕਾਏ ਟਿੱਡੀ ਦਲ ਨੇ ਸਾਂ, ਖੇਤਾਂ ਵਿਚ ਕਿਸਾਨਾਂ ਨੂੰ ਪਈਆਂ ਪਾਜੜਾਂ, ਪੀਪੇ ਖੜਕਾਉਣ ਜੋਗਾ ਰਹਿ ਗਿਆ ਪੰਜਾਬ ਦਾ ਅੰਨਦਾਤਾ। ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਕਿ ਫਾਜ਼ਿਲਕਾ ਦੇ ਕਈ ਪਿੰਡਾਂ ਵਿਚ ਟਿੱਡੀ ਦਲ ਦੀ ਐਂਟਰੀ ਹੋ ਚੁੱਕੀ ਹੈ। ਭਾਵੇਂ ਕਿ ਟਿੱਡੀ ਦਲ ਦੀ ਗਿਣਤੀ ਲੱਖਾਂ ਚ ਨਹੀਂ ਸੈਂਕੜਿਆਂ ਚ ਹੈ, ਪਰ ਕਿਸਾਨਾਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਉੱਥੋਂ ਦੇ ਕਿਸਾਨ ਇਸ ਵੇਲੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਅਤੇ ਇੱਥੇ ਕਿਸਾਨ ਪੀਪੇ ਖੜਕਾ ਕੇ ਇਨ੍ਹਾਂ ਟਿੱਡੀਆਂ ਨੂੰ ਭਜਾ ਰਹੇ ਨੇ ਅਤੇ ਕਈ ਟਿੱਡੀਆਂ ਦੇ ਪਿੱਛੇ ਭੱਜ ਕੇ ਉਹਨਾਂ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਵੀ ਕਰ ਰਹੇ ਨੇ। ਕਿਸਾਨਾਂ ਨੇ ਇਸ ਵੇਲੇ ਖੇਤੀਬਾੜੀ ਵਿਭਾਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਕਿਸਾਨ ਮੁਸੀਬਤ ਵਿਚ ਹੈ ਤੇ ਖੇਤੀਬਾੜੀ ਵਿਭਾਗ ਉਹਨਾਂ ਤੱਕ ਨਹੀਂ ਪਹੁੰਚਿਆ। ਕਿੰਨਾ ਚਿਰ ਹੋ ਗਿਆ ਇਹਨੂੰ ਆਏ ਨੂੰ ਆਉਣ ਨੂੰ? ਕਿੱਲੇ ਦਾ ਬਹੁਤ ਨੁਕਸਾਨ ਕਰੂਗੀ। ਇਸ ਕਰਕੇ ਜੇ ਕਣਕ ਦਾ ਇਹ ਸੁਣਦੀ ਬਹੁਤ ਹੈ ਤੇ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ। ਇਸ ਕਰਕੇ ਪਟਵਾਰੀ ਸਾਹਿਬ ਨੂੰ, ਖੇਤੀਬਾੜੀ ਮਹਿਕਮੇ ਨੂੰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਆ। ਜਿਸ ਵੀ ਜ਼ਿਮੀਂਦਾਰ ਦਾ ਜ਼ਿਆਦਾ ਜ਼ਿਆਦਾ ਨੁਕਸਾਨ ਹੁੰਦਾ ਉਹਨੂੰ ਕੁਛ ਗੌਰਮੈਂਟ ਵੱਲੋਂ ਮੁਆਵਜ਼ੇ ਦਾ ਐਲਾਨ ਔਰ ਜ਼ਿਆਦਾ ਜ਼ਿਆਦਾ ਜਿਹੜੀ ਹੈ ਪਟਵਾਰ ਮਹਿਕਮਾ, ਖੇਤੀਬਾੜੀ ਮਹਿਕਮੇ ਨੇ ਇਹਦੇ 'ਤੇ ਅਮਲ ਕਰਨਾ ਚਾਹੀਦਾ, ਹੈ ਨਾ। ਤਾਂ ਹੀ ਬਾਕੀ ਜ਼ਿਆਦਾ ਜ਼ਿਆਦਾ ਇਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਭਜਾਉਣ ਦਾ ਵੀ ਕੋਈ ਜ਼ਿਆਦਾ ਸਾਧਨ ਹੈ ਨਹੀਂ ਗਾ। ਹੋਇਆ ਜੀ ਇੱਥੇ ਪਿੰਡ ਬੱਗੇ ਕੇ ਸੰਤੋਖ ਸਿੰਘ ਵਾਲੇ ਜੀ, ਤਾਂ ਕਰਕੇ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਮਿਲੀਆਂ ਜੀ। ਕੁਛ ਕੇ ਵਿੱਚ ਮਾਰ ਮੁਰ ਗਈਆਂ ਅਤੇ ਕੁਛ ਉੱਡ ਗਈਆਂ। ਹੁਣ ਪਿੰਡ ਆਲਮ ਕੇ ਸੰਤੋਖ ਸਿੰਘ ਵਾਲੇ ਇੱਧਰ ਨੂੰ ਗਈ ਹੈ ਜੀ। ਆਹ ਲੋਕ ਹੁਣ ਇਕੱਠੇ ਵਾਲੇ ਹੋਏ ਮਗਰੂ ਵਾਲੇ। ਹਾਲਾਤ ਇਸ ਟਾਈਮ ਬਹੁਤ ਬੁਰੇ ਨੇ ਜੀ। ਤੁਸੀਂ ਦੇਖ ਸਕਦੇ ਹੋ ਇਹ ਸਾਰੇ ਆਸੇ ਪਾਸੇ ਖੇਤਾਂ ਦੇ ਵਿੱਚ ਟਿੱਡੀ ਦਲ ਦਾ ਹਮਲਾ ਹੋ ਚੁੱਕਿਆ ਹੈ। ਲੋਕ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਖੇਤਾਂ ਦੇ ਵਿੱਚ ਆ ਚੁੱਕੇ ਹੈ ਔਰ ਅਲੱਗ ਅਲੱਗ ਤਰੀਕਿਆਂ ਦੇ ਨਾਲ, ਜਿਸ ਤਰ੍ਹਾਂ ਕੋਈ ਢੋਲ ਕੁੱਟਣਾ, ਥਾਲੀਆਂ ਕੁੱਟਣਾ, ਆਵਾਜ਼ਾਂ ਕੱਢ ਕੇ, ਕੋਈ ਪਟਾਕੇ ਛੱਡ ਕੇ ਟਿੱਡੀ ਦਲ ਤੋਂ ਦੇ ਬਚਾਅ ਵਾਸਤੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ। ਲੇਕਿਨ ਕੋਈ ਜ਼ਿਆਦਾ ਸਾਰਥਿਕ ਹੱਲ ਜਿਹੜੇ ਹੈ ਉਹ ਨਹੀਂ ਮਿਲਦੇ ਦਿਖਾਈ ਦੇ ਰਹੇ। ਫਿਰ ਵੀ ਕਿਸਾਨ ਆਪਣੀ ਫਸਲ ਨੂੰ ਬਚਾਉਣ ਦੇ ਲਈ ਇਹ ਉਪਰਾਲੇ ਕਰ ਰਹੇ ਨੇ ਅਤੇ ਸਰਕਾਰ ਦੇ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਪਿਛਲੇ 15-20 ਦਿਨਾਂ ਤੋਂ ਇਹ ਖਬਰਾਂ ਜਿਹੜੀਆਂ ਵਾਇਰਲ ਹੋਈਆਂ ਸੋਸ਼ਲ ਮੀਡੀਆ 'ਤੇ ਵੀ ਹੋਈਆਂ ਕਿ ਰਾਜਸਥਾਨ ਦੇ ਵਿੱਚ ਜਿਹੜਾ ਟਿੱਡੀ ਦਲ ਦਾ ਹਮਲਾ ਹੋ ਚੁੱਕਿਆ ਹੈ ਔਰ ਉਸ ਦੇ ਲਈ ਜੋ ਨੋਟੀਫਿਕੇਸ਼ਨ ਜਾਰੀ ਵੀ ਕੀਤੇ ਗਏ, ਲੇਕਿਨ ਗਰਾਊਂਡ ਲੈਵਲ 'ਤੇ ਜਿਹੜਾ ਕੰਮ ਹੈ ਉਹ ਸਰਕਾਰ ਦਾ ਬਿਲਕੁਲ ਜ਼ੀਰੋ ਰਿਹਾ। ਗਰਾਊਂਡ ਲੈਵਲ ਦੇ ਉੱਪਰ ਕੋਈ ਖੇਤੀਬਾੜੀ ਵਿਭਾਗ ਦਾ ਕੋਈ ਬੰਦਾ ਵੀ ਨਹੀਂ ਪਹੁੰਚਿਆ ਜਿਸ ਨੇ ਕੋਈ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੋਏ, ਇਸ ਦੇ ਬਚਾਅ ਵਾਸਤੇ ਕੋਈ ਤਰੀਕੇ ਦੱਸੇ ਹੋਣ। ਲੇਕਿਨ ਅੱਜ ਅਚਾਨਕ ਲਗਭਗ 12-1 ਵਜੇ ਦੇ ਕਰੀਬ ਟਿੱਡੀ ਦਲ ਦਾ ਹਮਲਾ ਹੋਇਆ ਤਾਂ ਕਿਸਾਨਾਂ ਨੂੰ ਜਿਹੜੀ ਹੈ ਆਪਣੇ ਭਾਅ ਦੀ ਬਣ ਗਈ ਔਰ ਕਿਸਾਨ ਆਪੋ ਆਪਣੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਹਨ ਔਰ ਬਹੁਤ ਜ਼ਿਆਦਾ ਜਿਹੜਾ ਇਹ ਸੰਕਟ ਛਾਇਆ ਹੋਇਆ ਹੈ ਫਸਲਾਂ ਦੇ ਉੱਪਰ ਔਰ ਇਹ ਪੂਰਾ ਦਿਮਾਗ ਦੇ ਉੱਪਰ ਇੱਕ ਤਰ੍ਹਾਂ ਦੀ ਜਿਹੜੀ ਚਿੰਤਾ ਬਣ ਚੁੱਕੀ ਹੈ। ਇਹ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਕਿ ਇਹ ਬਣੇਗਾ ਕੀ, ਕਿਸ ਤਰ੍ਹਾਂ ਕਿਸਾਨ ਇਹ ਆਪਣੀ ਫਸਲ ਨੂੰ ਬਚਾ ਪਾਉਣਗੇ ਔਰ ਇਹ ਆਰਥਿਕ ਤੌਰ 'ਤੇ ਹੋਰ ਕਮਜ਼ੋਰ ਹੁੰਦੇ ਦਿਖਾਈ ਦੇ ਰਹੇ ਨੇ ਕਿਸਾਨ, ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿੰਨੀ ਕੁ ਤਾਦਾਦ ਹੈ ਖੇਤਾਂ 'ਚ ਜੇਕਰ ਗੱਲ ਕੀਤੀ ਟਿੱਡੀਆਂ ਦੀ? ਪਹਿਲੇ ਤਾਂ ਲੱਗ ਰਿਹਾ ਸੀ ਕਿ ਥੋੜ੍ਹੀ ਹੈ, ਲੇਕਿਨ ਹੁਣ ਜਿਹੜਾ ਪਿੱਛੇ ਜੇਕਰ ਇੱਥੋਂ ਲਗਭਗ 1/2 ਕਿਲੋਮੀਟਰ ਪਿੱਛੇ ਜਿਹੜੀ ਹੈ ਉਹ ਹਜ਼ਾਰਾਂ ਦੀ ਸੰਖਿਆ ਵਿੱਚ ਹੈ। ਹੌਲੀ ਹੌਲੀ ਕਰਕੇ ਜਿਹੜੀ ਹੈ
ਇਹਦਾ ਮੂਵਮੈਂਟ ਇੱਧਰ ਨੂੰ ਹੋ ਰਹੀ ਹੈ ਤਾਂ ਪਿੱਛੋਂ ਜਿਹੜੀ ਹੈ ਉਹ ਤਾਦਾਦ ਜਿਹੜੀ ਵੱਧਦੀ ਜਾ ਰਹੀ ਹੈ। ਉਹ ਲੱਗਦਾ ਹੈ ਕਿ ਜਿਵੇਂ ਜਿਵੇਂ ਰਾਜਸਥਾਨ ਤੋਂ ਜਿਹੜੀ ਉਹ ਟਿੱਡੀ ਦਲ ਜਿਹੜਾ ਉੱਧਰ ਸੀਗਾ ਉਹ ਹੌਲੀ ਹੌਲੀ ਕਰਕੇ ਇੱਧਰ ਨੂੰ ਜਿਹੜਾ ਕੂਚ ਕਰ ਰਿਹਾ ਪੰਜਾਬ ਵੱਲ ਨੂੰ ਕੂਚ ਕਰ ਰਿਹਾ। ਸੋ ਜਲਾਲਾਬਾਦ ਦੇ ਏਰੀਏ ਵਿੱਚ ਟਿੱਡੀ ਦਲ ਦਾ ਹਮਲਾ ਹੋ ਚੁੱਕਿਆ। ਇਹ ਲੱਗਦਾ ਕਿ ਜਿਸ ਤਰ੍ਹਾਂ ਤਾਦਾਦ ਵੱਧ ਰਹੀ ਹੈ ਕੱਲ੍ਹ ਤੱਕ ਜਿਹੜੀ ਸੰਭਾਵਨਾ ਹੈ ਕਿ ਹੋਰ ਜ਼ਿਆਦਾ ਵੱਧ ਜਾਣ। ਉੱਧਰ ਦੂਜੇ ਪਾਸੇ ਜ਼ਿਲ੍ਹਾ ਫਾਜ਼ਿਲਕਾ ਦੇ SDM ਸੁਭਾਸ਼ ਖੜਕ ਨੇ ਟਿੱਡੀ ਦਲ ਦੇ ਹਮਲੇ ਤੇ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਟਿੱਡੀ ਦਲ ਦੇ ਖਾਤਮੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਜਿਹੜੀ ਇਹ ਅਫਵਾਹ ਨਹੀਂ ਹੈਗੀ ਹੈ, ਆਪਣੇ ਥੋੜ੍ਹੀ ਤਾਦਾਦ ਦੇ ਵਿੱਚ ਆਇਆ ਹੈਗਾ ਵੀ ਉਹ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਉਂਦਾ ਸੀਗਾ ਉਹ ਨਹੀਂ ਆਇਆ, ਪਰ ਕੁਛ ਕੁਛ ਥਾਂ 'ਤੇ ਇਹ ਆਇਆ ਹੈਗਾ। ਉਹਦੇ ਵਾਸਤੇ ਮਾਨਯੋਗ DC ਸਾਹਿਬ ਨੇ 3-4 ਦਿਨ ਪਹਿਲਾਂ ਮੀਟਿੰਗ ਕੀਤੀ ਸੀ, ਕਿਉਂਕਿ ਅਖਬਾਰਾਂ ਦੇ ਵਿੱਚ ਆ ਰਿਹਾ ਸੀਗਾ ਵੀ ਟਿੱਡੀ ਦਲ ਸਾਡੇ ਨਾਲ ਵਾਲੀ ਸਟੇਟ ਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜਾ ਹੈਗਾ ਆ ਚੁੱਕਿਆ ਹੈਗਾ। ਉਸ ਕਰਕੇ ਸਾਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਸੀਗਾ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ DC ਸਾਹਿਬ ਨੇ 3-4 ਦਿਨ ਪਹਿਲਾਂ ਇਹ ਮੀਟਿੰਗ ਬੁਲਾ ਕੇ ਸਾਰੇ ਖੇਤੀਬਾੜੀ ਅਫਸਰਾਂ ਨੂੰ, ਸਾਰੇ BDPO ਨੂੰ, ਸਾਰੇ ਜਿੰਨੇ ਸਾਡੇ ਕੋਆਪਰੇਟਿਵ ਵਾਲੇ ਹੈਗੇ ਆ, ਸਾਡੇ ਰੈਵਨਿਊ ਡਿਪਾਰਟਮੈਂਟ ਦੇ ਸਾਰਿਆਂ ਨੂੰ ਅਲਰਟ ਕਰਤਾ ਹੈਗਾ ਵੀ ਜਿੱਥੇ ਕਿਤੇ ਵੀ ਇਹ ਇਸ ਦਾ ਕੋਈ ਹਮਲਾ ਹੁੰਦਾ ਹੈਗਾ ਨਾਲ ਦੀ ਨਾਲ ਜਿਹੜਾ ਹੈਗਾ ਖੇਤੀਬਾੜੀ ਵਿਭਾਗ ਨੂੰ ਦੱਸਿਆ ਜਾਵੇ ਜੀ, ਤਾਂ ਕਿ ਉਹਦਾ ਜਿਹੜਾ ਹੈਗਾ ਉਹਦਾ ਹੱਲ ਕੀਤਾ ਜਾ ਸਕੇ। ਸਰ ਕਿਹੜਾ ਕਿਹੜਾ ਏਰੀਆ ਨਾਲ ਇਫੈਕਟਿਡ ਹੋਇਆ, ਕੋਈ ਜਾਣਕਾਰੀ ਮਿਲੀ ਪ੍ਰਸ਼ਾਸਨ ਨੂੰ? ਜਲਦੀ ਥੋੜ੍ਹੇ ਜਿਹੇ ਪਿੰਡਾਂ 'ਚ ਜਿਵੇਂ ਸਾਡੇ ਬਾਰਡਰ ਦਾ ਏਰੀਆ ਹੈਗਾ ਮੌਜਮ ਏਰੀਆ, ਇੱਧਰ ਸੁਣਿਆ ਹੈਗਾ ਜਾਂ ਸਾਡੇ ਫੌਜ ਖਾਸ ਇੱਕ ਪਿੰਡ ਹੈਗਾ ਇੱਧਰ ਸੁਣਿਆ ਹੈਗਾ, ਜਿਹੜਾ ਹੈਗਾ ਕੰਧ ਵਾਲਾ ਹੇਰਖਾ ਹੈਗਾ ਇੱਥੇ ਵੀ ਮਤਲਬ ਕਿ ਸੁਣ 'ਚ ਆਈ ਹੈਗੀ ਵੀ ਮਤਲਬ ਕਿ ਉਹ ਕੋਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਿਰਦੀਆਂ ਹੈਗੀਆਂ। ਗੁੱਦੜ ਬਹਿਣੀ ਜਾਂ ਇੱਧਰ ਬਾਡਰ ਏਰੀਆ ਇੱਧਰ ਵੀ ਕਾਫੀ ਇਫੈਕਟ ਹੋ ਗਿਆ? ਹਾਂ, ਸਾਰੇ ਜਿੱਥੋਂ ਜਿੱਥੋਂ ਵੀ ਸਾਡੇ ਕਿਤੋਂ ਵੀ ਸਾਨੂੰ ਕੋਈ ਫੋਨ ਆਉਂਦਾ ਹੈਗਾ ਵੀ ਕਿਸੇ ਵੀ ਜ਼ਿਮੀਦਾਰ ਦਾ ਜਾਂ ਕਿਸੇ ਵੀ ਸਾਡੇ ਕਰਮਚਾਰੀ ਦਾ ਫੋਨ ਆਉਂਦਾ ਹੈਗਾ ਅਤੇ ਸਾਡੇ ਐਗਰੀਕਲਚਰ ਵਾਲੇ ਆਪ ਜਾ ਕੇ ਉੱਥੇ ਦੱਸ ਰਹੇ ਹੈਗੇ ਆ। ਇਹਦਾ ਦੇਖੋ ਪ੍ਰਸ਼ਾਸਨ ਨੇ ਤਾਂ ਆਪਦੀ ਡਿਊਟੀ ਕਰਨੀ ਹੀ ਕਰਨੀ ਹੈਗੀ, ਪਰ ਪਬਲਿਕ ਨੂੰ ਵੀ ਬੇਨਤੀ ਕੀਤੀ ਜਾਂਦੀ ਹੈਗੀ ਹੈ ਕਿ ਜਿੱਥੇ ਵੀ ਇਹ ਟਿੱਡੀ ਦਲ ਦਾ ਕਿਤੇ ਕੋਈ ਹਮਲਾ ਹੁੰਦਾ ਹੈਗਾ ਜੋ ਖੇਤੀਬਾੜੀ ਵਿਭਾਗ ਨੇ ਦਵਾਈਆਂ ਰਿਕਮੈਂਡ ਕੀਤੀ ਹੈਗੀਆਂ ਉਹਦੀ ਸਪਰੇਅ ਜ਼ਰੂਰ ਕਰਨ ਜੀ, ਤਾਂ ਕਿ ਆਪਾਂ ਇਸ ਪ੍ਰਕੋਪ ਤੋਂ ਆਪਣੇ ਫਸਲਾਂ ਨੂੰ ਬਚਾ ਸਕੀਏ ਅਤੇ ਆਪਣੇ ਆਪ ਨੂੰ ਅਸੀਂ ਬਚਾ ਸਕੀਏ। ਸਰ ਜਿਹੜੀਆਂ ਦਵਾਈਆਂ ਦੀ ਗੱਲ ਕੀਤੀ ਜਾ ਰਹੀ ਹੈ, ਦਵਾਈਆਂ ਸਰ ਮਹਿਕਮੇ ਵੱਲੋਂ ਫ੍ਰੀ ਦਿੱਤੀ ਜਾ ਰਹੀ ਜਾਂ ਕਿਸਾਨਾਂ ਨੂੰ ਪੈਸੇ ਲਗਾਉਣੇ? ਕੁਛ ਜਿਹੜੀਆਂ ਦਵਾਈਆਂ ਮਹਿਕਮੇ ਵੱਲੋਂ ਆਈਆਂ ਹੈਗੀਆਂ ਸਾਡੇ ਕੋਲ, ਚੀਫ ਐਗਰੀਕਲਚਰ ਅਫਸਰ ਨੇ ਦੱਸਿਆ ਸੀਗਾ ਕਿ 700 ਲੀਟਰ ਦੇ ਨੇੜੇ ਪਈ ਹੈਗੀ ਹੈ, ਜਿੱਥੇ ਜਿੱਥੇ ਵੀ ਕੋਈ ਕਿਸਾਨ ਸਾਡੇ ਕੋਲ ਦਵਾਈ ਦੀ ਮੰਗ ਕਰਦਾ ਹੈਗਾ ਅਸੀਂ ਉਹਨੂੰ ਮੁਹੱਈਆ ਕਰਵਾਵਾਂਗੇ। ਸਰ ਜਿਵੇਂ ਦੱਸਿਆ ਜਾ ਰਿਹਾ ਮੋਜਮ ਵਾਲੀ ਸਾਈਡ 'ਤੇ ਟਿੱਡੀਆਂ ਆ ਰਹੀਆਂ, ਇਹ ਸਰ ਟਿੱਡੀਆਂ ਕਿੱਧਰੋਂ ਆ ਰਹੀਆਂ ਜੀ, ਰਾਜਸਥਾਨ 'ਚੋਂ ਜਾਂ ਪਾਕਿਸਤਾਨ 'ਚੋਂ ਜੀ? ਦੇਖੋ ਹੁਣ ਤਾਂ ਆਪਣੇ ਜਿਹੜਾ ਮੋਜਮ ਵਾਲੀ ਸਾਈਡ ਹੈਗੀ ਹੈ ਤਾਂ ਇਸ ਦੇ ਨਾਲ ਤਾਂ ਆਪਣੇ ਪਾਕਿਸਤਾਨ ਹੀ ਲੱਗ ਰਿਹਾ ਹੈਗਾ ਜੀ, ਉੱਧਰੋਂ ਹੀ ਆਪਾਂ ਮੰਨ ਸਕਦੇ ਵੀ ਪਾਕਿਸਤਾਨ ਵੱਲੋਂ ਹੀ ਆਈਏ ਜੀ। ਇਹ ਸਰ ਜਿਹੜੀ ਦਵਾਈਆਂ ਦੀ ਗੱਲ ਕਰਾਂ, ਦਵਾਈਆਂ ਨਾਲ ਸਪਰੇਅ ਤਾਂ ਕਰਨਗੇ ਅਤੇ ਕਣਕ 'ਤੇ ਅਸਰ ਨਾ ਪੈਗਾ, ਝਾੜ 'ਤੇ ਫਰਕ ਪੈਗਾ ਜਾਂ ਕਣਕ ਜ਼ਹਿਰੀਲਾਪਣ ਵੀ ਆ ਸਕਦਾ ਜ਼ਿਆਦਾ? ਖੇਤੀਬਾੜੀ ਮਹਿਕਮੇ ਨੇ ਦਵਾਈਆਂ ਹੀ ਉਹੀ ਰਿਕਮੈਂਡ ਕੀਤੀਆਂ ਹੈਗੀਆਂ ਜਿਹੜੀ ਕਿ ਫਸਲ ਦੇ ਉੱਤੇ ਨੁਕਸਾਨ ਨਾ ਹੋਵੇ, ਕਿਉਂਕਿ ਜਿੱਥੇ ਟਿੱਡੀ ਨੇ ਬੈਠਣਾ ਹੈਗਾ ਇਹਨੇ ਫਸਲੇ ਹਰੇ ਚੀਜ਼ ਨੂੰ ਇਹਨੇ ਖਾਣਾ ਹੀ ਖਾਣਾ ਹੈਗਾ, ਠੀਕ ਹੈ ਕਿ ਨਹੀਂ? ਇਸ ਕਰਕੇ ਫਸਲ ਤਾਂ ਬਾਅਦ ਦੀ ਗੱਲ ਹੈਗੀ ਹੈ ਨਾ ਵੀ ਫਸਲ 'ਤੇ ਅਸਰ ਕਰੂਗੀ ਕਿ ਨਹੀਂ, ਜਦੋਂ ਫਸਲ ਹੀ ਉਹ ਸਾਰੀ ਖਾ ਗਈ ਫਿਰ ਉਹ ਅਸਰ ਦਾ ਕੀ ਮਤਲਬ ਰਹਿ ਜਾਂਦਾ ਹੈਗਾ। ਇਸ ਕਰਕੇ ਜਿੱਥੇ ਵੀ ਇਹ ਬੈਠਦੀ ਹੈਗੀ ਹੈ ਜਿਹੜੀ ਖੇਤੀਬਾੜੀ ਵਿਭਾਗ ਨੇ ਦਵਾਈਆਂ ਰਿਕਮੈਂਡ ਕੀਤੀਆਂ ਹੈਗੀਆਂ ਉਨੀ ਹੀ ਡੋਜ ਪਾ ਕੇ, ਜਿਹੜੀ ਇਹ ਦੱਸਿਆ ਗਿਆ ਵੀ ਇਹ ਬੜੀ ਸੈਂਸਿਟਿਵ ਹੈਗੀ,
ਇਹ ਮਤਲਬ ਕਿ ਥੋੜ੍ਹੇ ਹੀ ਅਸਰ ਨਾਲ ਹੀ ਮਤਲਬ ਕਿ ਮਰ ਜਾਂਦੀ ਹੈਗੀ। ਖਾਸ ਕਰਕੇ ਜਿਹੜੀ ਕਲੋਰੋਫੈਰੀਫਾਈਸ ਹੈ ਉਹਦੇ ਅਸਰ ਨਾਲ ਵੀ ਮਰ ਜਾਂਦੀ। ਕਲੋਰੋ ਜਿਹੜੀ ਹੈਗੀ ਆ ਆਮ ਅਸੀਂ ਜਿਹੜੀ ਹੈਗੀ ਹੈ ਉਹਦੇ ਵਾਸਤੇ ਫੰਗਸ ਵਾਸਤੇ ਜਾਂ ਉਹਦੇ ਵਾਸਤੇ ਵਰਤਦੇ ਹਾਂ, ਉਹ ਨਾਲੇ ਛੋਟੀ ਹੁੰਦੀ ਹੈ ਅਤੇ ਇਹ ਵੱਡੀ ਹੈ, ਉਹ ਇਸ 'ਤੇ ਵੀ ਅਸਰ ਕਰਦੀ ਹੈ। ਸਰ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਸਰਵੇ ਵਾਸਤੇ? ਸਾਰੀ ਜਿਹੜੀ ਟੀਮਾਂ ਜਿਹੜੀ ਹੈਗੀਆਂ, ਸਾਰਾ ਜਿਹੜਾ ਸਭ ਖੇਤੀਬਾੜੀ ਵਿਭਾਗ ਸਾਡਾ ਇਸ 'ਤੇ ਲੱਗਿਆ ਇਸ ਕੰਮ ਵਾਸਤੇ। ਸਾਰਾ ਸਾਡਾ ਜਿਹੜਾ ਹੈਗਾ ਬੀ ਡੀ ਪੀ ਓ ਦਾ ਆਪਣੇ ਡਿਵੈਲਪਮੈਂਟ ਮਹਿਕਮਾ ਲੱਗਿਆ, ਕੋਆਪਰੇਟਿਵ ਮਹਿਕਮਾ ਲੱਗਿਆ, ਰੈਵਨਿਊ ਮਹਿਕਮਾ ਲੱਗਿਆ, ਸਾਰਾ ਜਿੰਨੇ ਵੀ ਸਾਡੇ ਫੀਲਡ ਦੇ ਮਹਿਕਮੇ ਸੀਗੇ ਇਸ ਪਰਪਜ ਵਾਸਤੇ ਸਾਰੇ ਲਾ ਰਹੇ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-4 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।